ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਹਰਕੀਤ ਕੌਰ, ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਜਿਹੜੀ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਾਂਗੇ, ਹਾਂਜੀ, ਕਈ ਭੈਣਾਂ ਨੇ ਅਤੇ ਕਈ ਵੀਰਾਂ ਨੇ ਕਿਹਾ ਸੀ ਜੀ, ਦੀਦੀ ਤੁਸੀਂ ਬਿਜਲੀ ਵਾਲੇ ਚੁੱਲ੍ਹੇ 'ਤੇ ਖਾਣਾ ਬਣਾਉਣਾ, ਸਾਨੂੰ ਜਾਣਕਾਰੀ ਦਿਓ ਇਹਦੀ ਵੀ ਕਿਵੇਂ ਖਾਣਾ ਬਣਾਉਣੇ। ਹਾਂਜੀ, ਇਹਦਾ ਕੋਈ ਖਤਰਾ ਨਹੀਂ ਹੈਗਾ, ਤੁਹਾਨੂੰ ਜਾਣਕਾਰੀ ਦੇਵਾਂਗੇ। ਫਲਿਪਸ ਦਾ ਇਹ ਫਲਿਪਸ ਕੰਪਨੀ ਦਾ ਚੁੱਲ੍ਹਾ ਹੈਗਾ ਜੀ ਆਪਣਾ, ਇਹਦਾ ਕੋਈ ਖਤਰਾ ਨਹੀਂ ਹੈਗਾ। ਇਹ ਤਾਂ ਬਹੁਤ ਗੈਸ ਨਾਲੋਂ ਅੱਧੇ ਟਾਈਮ 'ਚ ਜਿਹੜੇ ਖਾਣਾ ਬਣਦਾ ਹੈਗਾ, ਅਤੇ ਇਹਦੇ ਵਿੱਚ ਇਹਦੇ ਉੱਤੇ ਹਰ ਇੱਕ ਭਾਂਡਾ ਨਹੀਂ ਚੱਲਦਾ ਜੀ, ਇਹਦੇ ਨਾਲ ਹੀ ਮਿਲਦੇ ਨੇ। ਜਿਹੜਾ ਜੇ ਆਪਾਂ ਦੁੱਧ ਗਰਮ ਕਰਨ ਵਾਸਤੇ ਭਾਂਡਾ ਲੈਣਾ ਹੈਗਾ, ਹਾਂਜੀ, ਤੁਸੀਂ ਸਾਡੇ ਤੁਸੀਂ ਵੀਡੀਓ 'ਚ ਦੋਵੇਂ ਦੇਖਦੇ ਹੋ, ਇਹਦੇ ਵਿੱਚ ਆਪਾਂ ਚਾਹ ਅਤੇ ਦੁੱਧ ਚਾਹ ਕਰਦੇ ਹਾਂ, ਇਹਦੇ ਵਿੱਚ ਚਾਹ ਬਣਾਉਂਦੇ ਹੈਗੇ, ਅਤੇ ਚਾਹ ਵਾਸਤੇ ਹੈਗਾ, ਅਤੇ ਇਹਦੇ ਵਿੱਚ ਸਬਜ਼ੀ, ਇਹਦੇ ਵਿੱਚ ਮੈਂ ਦੁੱਧ ਗਰਮ ਕਰਦੀ ਹੁੰਦੀ ਹੈਗੀ, ਅਤੇ ਇੱਕ ਹੋਰ ਕੜਾਹੀ ਉਹ 'ਚ ਮੈਂ ਸਬਜ਼ੀ ਕਰਦੀ ਹੁੰਦੀ। ਅੱਜ ਮੈਂ ਉਹ 'ਚ ਦੁੱਧ ਥੋੜ੍ਹਾ ਸੀ, ਉਹ ਛੋਟੀ ਸੀ, ਅਤੇ ਅੱਜ ਦੁੱਧ ਆਪਾਂ ਨੂੰ ਘੱਟ ਦੀ ਜ਼ਰੂਰਤ ਸੀ, ਮੈਂ ਥੋੜ੍ਹਾ ਦੁੱਧ ਸੀ, ਅੱਜ ਉਹ 'ਚ ਦੁੱਧ ਗਰਮ ਕਰਕੇ ਮੈਂ ਫਰਿੱਜ ਵਿੱਚ ਰੱਖ ਦਿੱਤਾ ਹੈਗਾ। ਅਤੇ ਇਹ ਜੀ ਇਹੀ ਭਾਂਡੇ ਚੱਕ ਕੇ ਜਾਣਗੇ ਜਿਹੜੇ ਥੱਲੋਂ ਐਂ ਚੌੜੇ ਹੋਣ, ਅਤੇ ਨਾਲ ਹੀ ਮਿਲਦੇ ਨੇ ਇਹਨਾਂ ਦੇ ਭਾਂਡੇ, ਇਹ ਚੁੱਲ੍ਹੇ ਦੇ ਨਾਲ ਹੀ ਭਾਂਡੇ ਮਿਲਦੇ ਨੇਗੇ, ਤੁਹਾਨੂੰ ਚਲਾ ਕੇ ਦਿਖਾਉਣੇ ਆ, ਕੋਈ ਖਤਰਾ ਨਹੀਂ ਜੇ ਬੱਚੇ ਖਾਣਾ ਬਣਾ ਲੈਣ ਜੀ। ਇਹ ਆਪਾਂ ਤੁਹਾਨੂੰ ਚਲਾ ਕੇ ਦਿਖਾਉਣੇ ਆ, ਇਹ ਜਿਹੜਾ ਆਪਣਾ ਬਿਜਲੀ ਵਾਲਾ ਹੀਟਰ ਹੁੰਦਾ ਉਹਦੇ ਨੂੰ ਅੱਧੀ ਲਾਈਟ ਇਹ ਖਿੱਚਦਾ ਹੈਗਾ, ਅਤੇ ਤੁਹਾਨੂੰ ਚਲਾ ਕੇ ਦਿਖਾਉਣੇ ਆਗੇ। ਪਾ ਲਿਆ ਮੈਂ ਔਨ ਕਰ ਲਿਆ ਇੱਥੋਂ ਆਹ ਬਟਨ ਤੋਂ, ਅਤੇ ਇਹਦਾ ਕੋਈ ਖਤਰਾ ਨਹੀਂ, ਕਿਵੇਂ ਮਰਜ਼ੀ ਹੱਥ ਲਾਈ ਜਾਈਏ ਇਹਦਾ ਕੋਈ ਖਤਰਾ ਨਹੀਂ, ਕੋਈ ਕਰੰਟ ਨਹੀਂ ਆਉਂਦਾ। ਬਸ ਇੱਕ ਇਹਦੇ ਵਿੱਚੋਂ ਆਪਾਂ ਨੂੰ ਚੀਜ਼ ਜੇ ਨਿਕਲ ਗਈ ਫਿਰ ਇਹ ਨਾ, ਪਰ ਹੁਣ ਚਾਹ ਆ ਗਈ, ਚਾਹ ਦਾ ਬਰਤਨ ਧਰ ਲਿਆ, ਜਾਂ ਗੁਰਮਨ ਜੋਤ ਆ ਧੋ ਕੇ ਲਿਆਏ, ਅਤੇ ਆਪਾਂ ਚਾਹ ਬਣਾ ਕੇ ਦਿਖਾਵਾਂਗੇ, ਅਤੇ ਪਾਣੀ ਨਾ ਲਿਆਈ, ਪਾਣੀ ਹੈਗਾ ਮੇਰੇ ਕੋਲ। ਅਤੇ ਜਿਵੇਂ ਆਹ ਵਾਟੀ ਹੈਗੀ, ਆਪਾਂ ਨੇ ਇੱਕ ਜਣੇ ਨੂੰ ਰੋਟੀ ਖਾਣੀ ਆ, ਆਪਾਂ ਨੂੰ ਵੀ ਸਬਜ਼ੀ ਗਰਮ ਕਰਨੀ ਹੈਗੀ, ਬਾਟੀ ਰੱਖੋ, ਬਾਟੀ 'ਚ ਸਬਜ਼ੀ ਪਾਓ, ਦਾਲ ਪਾਓ, ਚਮਚਾ ਫੇਰੋ, ਅਤੇ ਇਹਨੂੰ 100 'ਤੇ ਕਰ ਲਓ, ਸਬਜ਼ੀ ਗਰਮ ਕਰਨੀ ਹੈ। ਆਹ 100 'ਤੇ ਹੋ ਗਿਆ, 70 'ਤੇ ਹੋ ਗਿਆ, ਜ਼ਿਆਦਾ ਗਰਮ ਹੋ ਗਈ ਬਾਟੀ। ਇਹਦੇ ਵਿੱਚ ਗੈਸ ਨਾਲੋਂ ਅਤੇ ਬਿਜਲੀ ਵਾਲਾ ਹੀਟਰ ਆ ਜਿਹੜਾ, ਉਹਦੇ ਨਾਲੋਂ ਅੱਧੇ ਟਾਈਮ 'ਚ ਖਾਣਾ ਬਣਦਾ, ਕੋਈ ਖਤਰਾ ਨਹੀਂ, ਦੇਖੋ ਚੱਲੀ ਜਾਂਦਾ। ਮੈਂ ਸਾਰੇ ਹੱਥ ਫੇਰ ਰਹੀ ਹਾਂ, ਬੱਚੇ ਤਾਂ ਹੀ ਗੁਰਮਨ ਜੋਤ ਹੋ ਰਹੀਆਂ ਨੇ, ਜਦੋਂ ਕੋਈ ਚੀਜ਼ ਬਣਾਉਣੀ ਤਾਂ ਹੀ ਆਪ ਬਣਾ ਕੇ ਖਾ ਲੈਂਦੇ ਨੇ। ਚਾਹ ਭਾਂਡਾ ਚੱਕ ਲਿਆਂਦਾ ਆਪਣੇ, ਧੋ ਲਿਆਂਦਾ ਸੁਖਮਨ ਨੇ, ਤੁਸੀਂ ਚਾਹ ਪੀਓਗੇ ਪੁੱਤ? ਹੈ ਇਹ ਅਸੀਂ ਅੱਧਾ ਕੱਪ ਆ ਪਾਣੀ ਦਾ, ਅਤੇ ਅੱਧਾ ਅਸੀਂ ਦੁੱਧ ਦਾ ਪਾ ਲਾਂਗੇ, ਅੱਜ ਸਾਡੇ ਕੋਈ ਘਰੇ ਨਹੀਂ ਹੈਗਾ, ਅਸੀਂ ਤਿੰਨੇ ਮਾਵਾਂ ਧੀਆਂ, ਥੋੜ੍ਹੀ ਥੋੜ੍ਹੀ ਚਾਹ ਹੀ ਪੀਣਗੀ, ਹੈ ਥੋੜ੍ਹੀ ਜਿਹੀ ਮੈਂ ਪੀਊਂਗੀ, ਬਸ ਇਹ ਅੱਧਾ ਕੱਪ ਹੈਗਾ, ਇਹ ਪਾਣੀ ਦਾ ਪਾ ਲਾਂਗੇ, ਅਤੇ ਤੁਹਾਨੂੰ ਚਾਹ ਬਣਾ ਕੇ ਦਿਖਾਉਂਦੇ ਹਾਂਗੇ। ਅਤੇ ਇਹ ਆਪਾਂ ਕਰ ਦਿੱਤਾ 240 'ਤੇ, ਘੱਟ ਵੀ ਹੋ ਜਾਂਦਾ, 240 'ਤੇ ਹੁੰਦਾ, ਫਿਰ 200 'ਤੇ ਹੁੰਦਾ, ਫਿਰ 170 'ਤੇ ਹੁੰਦਾ, ਫਿਰ ਇਕੱਲਾ 100 'ਤੇ ਹੁੰਦਾ, ਫਿਰ ਇਕੱਲਾ 70 'ਤੇ ਹੁੰਦਾ। ਜੇ ਹੁਣ ਮੈਂ ਸਵੇਰ ਵੇਲੇ ਧਾਰਾਂ ਕੱਢ ਕੇ ਦੁੱਧ ਧਰਦਾ ਨਹੀਂ ਹੁੰਦੀ ਹਾਂ, ਮੈਂ 100 'ਤੇ ਕਰਕੇ ਧਰਦਾ ਨਹੀਂ ਹੁੰਦੀ ਹਾਂ, ਮੈਂ ਸਾਰਾ ਕੱਚਾ ਵਿਹੜਾ ਅਤੇ ਮੱਝਾਂ ਦੀਆਂ ਖੁੱਲ੍ਹੀਆਂ ਤੂੜੀ ਪਾ ਆਉਂਦੀ ਹਾਂ, ਇਹ ਇੱਕ ਘੰਟੇ 'ਚ 2.5 ਕਿਲੋ ਦੁੱਧ ਨੂੰ ਵਾਲੀ ਆ ਜਾਂਦੀ ਹੈ, ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਹੁਣ 100 'ਤੇ ਕਰੇ ਨੂੰ ਇੱਕ ਘੰਟਾ ਹੋ ਗਿਆ, ਮੇਰੇ ਜਿਹੜੀ ਦੁੱਧ ਨੂੰ 2.5 ਕਿਲੋ ਦੁੱਧ ਧਰਿਆ ਹੋਇਆ ਸੀ ਉਹਨੂੰ ਵਾਲੀ ਆ ਗਈ ਹੋਣੀ, ਮੈਂ ਆ ਕੇ ਦੁੱਧ ਲਾ ਦਿੰਦੀ ਹਾਂ, 100 'ਤੇ ਕਰਕੇ ਮੈਂ ਸਾਰਾ ਕੰਮ ਕਰ ਲੈਂਦੀ ਹੈਗੀ। ਅਤੇ ਹੁਣ ਮੈਂ ਚਾਹ ਬਣਾਈ ਹੈ, ਧਰ ਲਈ ਹੈ ਚਾਹ, ਅਤੇ ਤੁਹਾਨੂੰ ਕਰਕੇ ਦਿਖਾਉਂਦੇ ਹਾਂਗੇ ਚਾਹ, ਇਹ ਬਹੁਤ ਸੇਤੀ ਇਹ ਜਿਹੇ ਖਾਣਾ ਬਣਦਾ ਹੈਗਾ। ਇਹਦਾ ਰੇਟ ਹੈਗਾ ਜੀ 2400 ਰੁਪਏ, ਅਤੇ ਇਹਦੇ ਭਾਂਡੇ ਨੇ ਜਿਹੜੇ ਉਹ ਇਹ ਤੋਂ ਬਾਹਰ ਮਿਲਣਗੇ, ਸਾਰਾ ਵਿੱਚੀ ਭਾਂਡਿਆਂ ਦਾ ਵਿੱਚੀ ਸਬਜ਼ੀ, ਉਹ ਕੜਾਹੀ ਸੀ ਜਿਹੜੀ ਮੈਂ ਸਬਜ਼ੀ ਬਣਾਉਂਦੀ ਹਾਂ ਹਰ ਰੋਜ਼ ਕੜਾਹੀ 'ਚ, ਉਹ ਕੜਾਹੀ ਇਕੱਲੀ ਆਈ ਸੀ 1250 ਦੀ, ਅਤੇ ਇਹ ਭਾਂਡੇ ਗੁਰਮੀਤ ਨੇ ਲੈ ਕੇ ਦਿੱਤੇ ਸੀ ਮੈਨੂੰ, ਆਹ ਵਾਲੇ ਅਤੇ ਉਹ ਵਾਲੇ ਦੋਨੇ ਭਾਂਡੇ। ਆਹ ਦੇਖੋ ਜੀ ਪਾਣੀ ਰਿੱਝਣ ਲੱਗ ਗਿਆ ਹੈਗਾ, ਆਪਾਂ ਇਹ 'ਚ ਪਾਵਾਂਗੇ ਚਾਹ ਪੱਤੀ, ਪਾਵਾਂਗੇ ਆਪਾਂ ਖੰਡ ਅਤੇ ਪੱਤੀ ਪਾਵਾਂਗੇ। ਇਹ ਪਹਿਲਾਂ ਮੇਰੇ ਕੋਲ ਚੁੱਲ੍ਹਾ ਹੈਗਾ ਸੀ, ਉਹ ਖਰਾਬ ਹੋ ਗਿਆ ਸੀਗਾ, ਅਤੇ ਇਹ ਭਾਂਡੇ ਅਤੇ ਉਹ ਚੁੱਲ੍ਹਾ ਗੁਰਮੀਤ ਨੇ ਲੈ ਕੇ ਦਿੱਤਾ, ਅਤੇ ਫਿਰ ਇਹ ਸਰਦਾਰ ਜੀ ਲਿਆਏ ਸੀ, ਖਰਾਬ ਹੋ ਗਿਆ ਸੀ ਉਹ, ਕਿਉਂਕਿ ਜਦੋਂ ਦੁੱਧ ਨਾ ਨਿਕਲੇ 'ਚ ਚਾਹ ਨਾ ਨਿਕਲੇ, ਸਬਜ਼ੀ ਨਾ ਨਿਕਲੇ, ਜਦੋਂ ਆਪਾਂ ਮੂੰਗੀ ਦੀ ਦਾਲ ਜਾਂ ਧਰ ਦਾਨੇ ਆ ਉਹ ਵਾਲਾ ਖਾ ਕੇ ਨਿਕਲ ਜਾਂਦੇ, ਫਿਰ ਖਰਾਬ ਹੋਊ। ਇਹ ਕੋਲੇ ਖੜ੍ਹ ਕੇ ਖਾਣਾ ਬਣਾਓ, ਇਹਨੂੰ ਕੁਛ ਨਹੀਂ ਹੁੰਦਾ, ਅੱਧੇ ਲਾਈਟ ਖਾਂਦਾ, ਇਹ ਕੋਈ ਖਤਰਾ ਨਹੀਂ ਹੈਗਾ, ਇਹਦੇ ਬੱਚੇ ਕਿਵੇਂ ਮਰਜ਼ੀ ਹੱਥ ਲਾਈ ਜਾਣ, ਆਪਾਂ ਕਿਵੇਂ ਹੱਥ ਮਰਜ਼ੀ ਹੱਥ ਲਈ, ਜੇ ਪਾਣੀ ਰਿੱਝਣ ਲੱਗ ਗਿਆ ਮੈਂ ਸਮਾਨ ਪਾਉਣੀ ਚਾਹ।
ਕੋਲ ਲਿਆ ਜੱਗ ਪੁੱਤ ਪਾਣੀ ਵਾਲਾ ਦੁੱਧ ਦਾ ਦੇਖੋ ਜੀ ਨੇ ਮੈਂ ਢੱਕਿਆ ਨਹੀਂ ਹੈਗਾ ਚਾਹ ਉਬਲ ਗਈ ਪਾਣੀ ਉਬਲ ਗਿਆ ਸੀਗਾ ਜੇ ਕੋਈ ਸਬਜ਼ੀ ਇੱਕ ਜਣੇ ਨੇ ਰੋਟੀ ਖਾਣੀ ਆਪਾਂ ਨੂੰ ਕੋਈ ਤੜਕੇਦਾਨੀ ਲਵੇੜਨ ਦੀ ਲੋੜ ਨਹੀਂ ਬਾਟੀ ਧਰੋ ਚਮਚਾ ਸਬਜ਼ੀ ਪਾਓ ਜੇ ਦਾਲ ਪਾਓ 100 'ਤੇ ਕਰੋ ਜੇ 70 'ਤੇ ਕਰੋ ਚਮਚਾ ਫੇਰੋ ਕੋਲ ਫੜ ਕੇ ਆਪਣੀ 2 ਮਿੰਟਾਂ ਦੇ ਵਿੱਚ ਦਾਲ ਜਾਂ ਸਬਜ਼ੀ ਗਰਮ ਕਰੋ ਹਾਂਜੀ ਆਪਣੀ ਚਾਹ ਉਬਲ ਗਈ ਹੈ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਫਿਰ ਭਾਂਡਾ ਲਿਆ ਪੁੱਤ ਢੱਕੀ ਉੱਤੇ ਢੱਕਣ ਇਹਦਾ ਹਾਂਜੀ ਦੇਖੋ ਜੀ ਆਹ ਮੇਰੇ ਕੋਲ ਪਹਿਲਾਂ ਦੀ ਪਈ ਆ ਦੁੱਧ ਅਤੇ ਇਹਦੇ ਵਿੱਚ ਵੀ ਮੈਂ ਦੁੱਧ ਗਰਮ ਕਰ ਲੈਂਦੀ ਹੁੰਦੀ ਹੈਗੀ ਜੇ ਕਿਤੇ ਆਪਾਂ ਨੇ ਉਹਦੇ ਵਿੱਚ ਸਬਜ਼ੀ ਬਣਾ ਲਈ ਇਹਦੇ ਵਿੱਚ ਕੋਈ ਰਿਸ਼ਤੇਦਾਰ ਆ ਕੇ ਖੀਰ ਬਣਾ ਲਈ ਜਾਂ ਇਹਦੇ ਵਿੱਚ ਕੋਈ ਦੁੱਧ ਬਣਾ ਲਿਆ ਜਿੱਦਾਂ ਕੋਈ ਨਹੀਂ ਭਾਂਡਾ ਵਿਹਲਾ ਹੁੰਦਾ ਮੈਂ ਇਹਨੂੰ ਵੀ ਵਰਤ ਲੈਣੀ ਹੈ ਅਤੇ ਦੁੱਧ ਬਾਅਦ ਜਾਂ ਕੋਈ ਹੋਰ ਖਾਣਾ ਬਣਾਉਣਾ ਇਹ 'ਚ ਬਣਾ ਲੈਣੀ ਹੈ ਜਿੱਦਾਂ ਕੋਈ ਵੱਧ ਬੰਦੇ ਹੋਣ ਜਾਂ ਵੀ ਆਪਣੇ ਖੇਤ ਵਿੱਚ ਵੱਧ ਹੈਲਪਰ ਹੋਣ ਦਿਹਾੜੀ ਹੋਣ ਅਤੇ ਉਦਾਂ ਫਿਰ ਮੈਂ ਇਹਦੇ ਵਿੱਚ ਜਿਵੇਂ ਮੂੰਗੀ ਦੀ ਦਾਲ ਬਣਾਉਣੀ ਹੈ ਇਹਦੇ ਵਿੱਚ ਰੱਖ ਦੇਣੀ ਹੈ ਰਿੱਝਣੀ ਅਤੇ ਬਾਅਦ ਵਿੱਚ ਤੜਕਾ ਲਾ ਲੈਂਦੇ ਹੈਗੇ ਇਸ ਇਹੋ ਜਿਹੇ ਭਾਂਡੇ ਵੀ ਇੱਥੇ ਵਰਤੇ ਜਾਂਦੇ ਨੇਗੇ ਜੀ ਇਹਦਾ ਢੱਕਣ ਹੀ ਲਾ ਕੇ ਤੇ ਰਹਿਣ ਬਹੁਤ ਸਿਆਪੀ ਖਾਣਾ ਬਣਦਾ ਜੀ ਤੁਸੀਂ ਲਿਆਓ ਕੋਈ ਖਤਰਾ ਨਹੀਂ ਜਿਵੇਂ ਮਰਜ਼ੀ ਬੱਚੇ ਵੀ ਹੱਥ ਲਾਈ ਜਾਣ ਪਰ ਅੱਜ ਕੋਈ ਖਤਰਾ ਨਹੀਂ ਹੈਗਾ ਇਹਦਾ ਮੈਨੂੰ ਕੋਈ ਫਿਕਰ ਨਹੀਂ ਹੈਗਾ ਜੀ ਜੇ ਹੁਣ ਜਦੋਂ ਜਿੱਦਾਂ ਨਹੀਂ ਲਾਈਟ ਹੁੰਦੀ ਮੈਨੂੰ ਉਹਨਾਂ ਦੀ ਫਿਕਰ ਅੱਗੇ ਰਹਿੰਦਾ ਵੀ ਜਦੋਂ ਗੁਰਮਨ ਅਤੇ ਸੁਖਮਨ ਆਪਣਾ ਖਾਣ ਨੂੰ ਕੁਛ ਕਰਦੀਆਂ ਨੇ ਵੀ ਕਿਤੇ ਗੈਸ ਨਾ ਢਿੱਲਾ ਸੜ ਦੇਣਾ ਜਾਂ ਕਿਸੇ ਸਾਵਧਾਨੀ ਇਹ ਬੱਚੇ ਆਪਾਂ ਨੂੰ ਪਤਾ ਹੀ ਹੈ ਵੀ ਘੱਟ ਵਰਤਦੇ ਨੇ ਫਿਰ ਮੈਂ ਇਹ ਕਹਿ ਰਹੀ ਇਹਨਾਂ ਨੂੰ ਬਿਜਲੀ ਵਾਲੇ ਚੁੱਲ੍ਹੇ 'ਤੇ ਬਣਾ ਲਓ ਕਿਉਂ ਇਹ 'ਤੇ ਕੋਈ ਖਤਰਾ ਨਹੀਂ ਹੈਗਾ ਜੀ ਇਹ 'ਤੇ ਕੋਈ ਖਤਰਾ ਨਹੀਂ ਹੈਗਾ ਅਤੇ ਗੈਸ ਦਾ ਖਤਰਾ ਬੱਚਿਆਂ ਨੂੰ ਇਹਦਾ ਕੋਈ ਖਤਰਾ ਨਹੀਂ ਹੈਗਾ ਲਓ ਜੀ ਚਾਹ ਆਪਣੀ ਬਣ ਗਈ ਆਪਾਂ ਚਾਹ ਪੀਣੇ ਹਾਂ ਤੁਸੀਂ ਵੀ ਪੀਓ ਅਤੇ ਅੱਜ ਮੈਂ ਇੱਥੇ ਤਾਂ ਧਰ ਲਿਆ ਉੱਥੇ ਨਾ ਇਹੋ ਜਿਹੀ ਵੇਲੇ ਧੁੱਪ ਆਉਂਦੇ ਹੁਣ ਦੁਪਹਿਰੇ ਇੱਕ ਡੇਢ ਦਾ ਟਾਈਮ ਆ ਡੇਢ ਵੱਜ ਗਿਆ ਹੋਊ ਨਾ ਸੁਗਰਮਨ ਦਾ ਤਾਂ ਹੁਣ ਜਿਹੜਾ ਟਾਈਮ ਆ ਡੇਢ ਵੱਜ ਗਿਆ ਅਤੇ ਉੱਥੇ ਨਾ ਡੇਢ ਵਜੇ ਆਪਣੇ ਪੂਰੀ ਧੁੱਪ ਆਉਂਦੀ ਆ ਮੈਂ ਚਲੋ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਂਦੇ ਹਾਂ ਹੁਣ ਚਾਹ ਬਣਾਵਾਂਗੇ ਬਹੁਤ 3-4 ਮਹੀਨੇ ਹੋ ਗਏ ਬਹੁਤ ਭੈਣਾਂ ਨੇ ਅਤੇ ਵੀਰਾਂ ਨੇ ਕਮੈਂਟ ਕਰੇ ਦੀਦੀ ਵੀ ਸਾਨੂੰ ਇਹ ਚੁੱਲ੍ਹੇ ਬਾਰੇ ਜਾਣਕਾਰੀ ਦਿਓ ਹਾਂਜੀ ਜਾਣਕਾਰੀ ਇਹ ਵੀ ਵਧੀਆ ਅਤੇ ਬੱਚਿਆਂ ਨੂੰ ਬੱਚਿਆਂ ਬਾਰੇ ਵੀ ਬਹੁਤ ਵਧੀਆ ਜਿਵੇਂ ਹੁਣ ਦਿਨੇ ਮੈਗੀ ਬਣਾਉਣੀ ਆ ਬੱਚਿਆਂ ਨੇ ਅਤੇ ਬਹੁਤ ਛੇਤੀ ਬਣਦੀ ਹੈਗੀ ਸਬਜ਼ੀ ਵੀ ਬਣ ਜਾਂਦੀ ਹੈ ਕਈ ਭੈਣਾਂ ਸਬਜ਼ੀ ਵੀ ਨਹੀਂ ਬਣਾਉਂਦੀਆਂ ਹੈਗੀਆਂ ਵੀ ਇਹ ਤਾਂ ਵੀ ਕੋਲ ਖੜ੍ਹ ਕੇ ਬਣਾਉਣੀ ਪੈਂਦੀ ਸਬਜ਼ੀ ਕੋਲ ਖੜ੍ਹ ਕੇ ਬਣਾਉਣੀ ਪੈਂਦੀ ਹੈ ਜਿਵੇਂ ਹੁਣ ਆਪਾਂ ਦਾਲ ਧਰ ਲਈ ਅਤੇ ਆਪਾਂ 170 'ਤੇ ਕਰ ਲਈ ਜਾਂ 100 'ਤੇ ਕਰ ਲਈ ਦਾਲ ਧਰ ਕੇ 100 'ਤੇ ਜਾਂ 170 'ਤੇ ਪਰ ਆਪਣਾ ਕੰਮ ਕਰ ਲਿਆ ਨਿਕਲਦੀ ਨਹੀਂ ਜੇ ਆਪਾਂ ਹੁਣ ਧਰ ਕੇ ਦਾਲ ਆਪਾਂ ਫੁੱਲ 'ਤੇ ਕਰਕੇ ਵਗ ਜਾਵਾਂਗੇ ਫਿਰ ਤਾਂ ਨਿਕਲੂਗੀ ਦਾਲ ਬਸ ਬਿੱਲ ਪਾ ਜਾਣੀ ਹੈ ਘੱਟ ਕਰਕੇ ਥੋੜ੍ਹਾ ਪਾਣੀ ਪਾ ਕੇ ਬਿੱਲ ਕਰ ਜਾਣੀ ਆ ਉਧਰੋਂ ਮੱਝਾਂ ਗਾਵਾਂ ਦੇ ਕੰਮ ਜਿਹੜੇ ਆਪਣੇ ਸੰਨੀ ਦੇ ਕੰਮ ਕੋਈ ਵੀ ਗੋ ਕਰਨ ਪਰਾਂ ਕਰਨ ਵਾਲਾ ਕੰਮ ਆਰਾਮ ਨਾਲ ਕਰ ਆਉਣੀ ਹੈਗੀ ਅਤੇ ਮੈਂ ਤਾਂ ਹੀ ਇਹ ਮੰਗਾ ਲਿਆ ਪਹਿਲਾਂ ਖਰਾਬ ਹੋ ਗਿਆ ਸੀ ਮੈਨੂੰ ਬਹੁਤ ਔਖਾ ਹੋ ਗਿਆ ਸੀਗਾ ਕਿਉਂਕਿ ਜਦੋਂ ਚੁੱਲ੍ਹੇ 'ਤੇ ਬਹੁਤ ਟਾਈਮ ਲੱਗਦਾ ਗਾ ਜੀ ਸਰਦੀਆਂ 'ਤੇ ਚੁੱਲ੍ਹਾ ਵੀ ਵਰਤਿਆ ਜਾਂਦਾ ਕਿਉਂ ਗਰਮੀਆਂ 'ਚ ਚੁੱਲ੍ਹੇ 'ਤੇ ਕਰਨੀ ਚੀਜ਼ ਬਹੁਤ ਔਖੀ ਲੱਗਦੀ ਹੈ ਸਿਲੰਡਰ ਆ ਜਿਹੜਾ ਬਹੁਤ ਮਹਿੰਗਾ ਹੋ ਗਿਆ ਤਾਂ ਕਰਕੇ ਚਾਹ ਰਿੱਝ ਗਈ ਆ ਆਪਾਂ ਬੰਦ ਕਰ ਦੇਣੇ ਹਾਂ ਚਾਹ ਪੀਂਦੇ ਹਾਂ ਚਾਹ ਬਣ ਗਈ ਹੈ ਤੁਸੀਂ ਵੀ ਪੀ ਲਓ ਅਤੇ ਅਸੀਂ ਵੀ ਪੀਂਦੇ ਹਾਂ ਆਪਣੀ ਵੀਡੀਓ ਦਾ ਐਂਡ ਆ ਜਿਹੜਾ ਆਪਾਂ ਇੱਥੇ ਹੀ ਕਰਦੇ ਹਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ